Bye. Yo. ਯੋਗ ਸਤ ਸੰਗਤ ਜੀ ਯੋ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਇਹਨਾਂ ਦਰਗਾਹੀ ਘੜੀਆਂ ਦਾ ਆਨੰਦ ਲੈ ਰਹੇ ਹੋ। ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ, ਨਾਲ ਆਪਣੀ ਅਸੀਸ ਬਖਸ਼ੋ ਤਾਂ ਜੋ ਕੀਰਤਨ ਦੁਆਰਾ ਆਪ ਸੰਗਤਾਂ ਦੀ ਸੇਵਾ ਕਰ ਸਕੀਏ। ਆਓ ਸਾਰੇ ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹਿਬ ਬਾਣੀ ਵਿੱਚ ਫੁਰਮਾਨ ਕਰਦੇ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਮਹਾਰਾਜ ਕਹਿੰਦੇ ਨੇ ਤੇਰੇ ਮਨ ਵਿੱਚ ਜੋ ਵੀ ਇੱਛਾ ਹੈ ਆਪਣੇ ਸਤਿਗੁਰੂ ਨਾਨਕ ਅੱਗੇ ਅਰਦਾਸ ਕਰ। ਜਿਸ ਵੇਲੇ ਆਪਾਂ ਗੁਰੂ ਕੋਲ ਅਰਦਾਸ ਕਰਨੇ ਆ ਫਿਰ ਕੀ ਹੁੰਦਾ, ਗੁਰੂ ਆਪ ਵਿੱਚ ਖਲੋ ਜਾਂਦਾ, ਗੁਰੂ ਸਾਖੀ ਰੂਪ ਹੋ ਕੇ ਸਾਰੇ ਕਾਰਜਾਂ ਨੂੰ ਆਪ ਸੰਪੂਰਨ ਕਰਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋਲੋਂ ਕਿਸੇ ਨੇ ਪੁੱਛਿਆ ਸੀ, ਗਰੀਬ ਨਿਵਾਜ ਜਦੋਂ ਤੁਸੀਂ ਕਿਸੇ ਤੇ ਪ੍ਰਸੰਨ ਹੁੰਦੇ ਹੋ ਤਾਂ ਉਹਨੂੰ ਕੀ ਦਿੰਦੇ ਹੋ? ਧੀਆਂ ਪੁੱਤਰ? ਆਖਿਆ ਇਹ ਕੋਈ ਵੱਡੀ ਦਾਤ ਨਹੀਂ, ਸੋਹਣਾ ਮਕਾਨ ਦਿੰਦੇ ਹੋ? ਕਹਿਣ ਲੱਗੇ ਇਹ ਵੀ ਕੋਈ ਵੱਡੀ ਚੀਜ਼ ਨਹੀਂ, ਜਿਸ ਤੇ ਤੁਸੀਂ ਖੁਸ਼ ਹੋ ਜਾਓ ਉਹਨੂੰ ਧਨ ਦੌਲਤ ਉੱਚਾ ਅਹੁਦਾ ਦਿੰਦੇ ਹੋ? ਕਹਿੰਦੇ ਨੇ ਇਹ ਵੀ ਕੋਈ ਵੱਡੀ ਚੀਜ਼ ਨਹੀਂ। ਫਿਰ ਪੁੱਛਿਆ ਪਾਛਾ ਜਿਹਦੇ ਤੇ ਤੁਹਾਡੀ ਪ੍ਰਸੰਨਤਾ ਹੁੰਦੀ ਹੈ, ਮਿਹਰ ਹੁੰਦੀ ਹੈ ਤਾਂ ਉਹਨੂੰ ਕੀ ਦਿੰਦੇ ਹੋ? ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਿਆਰਿਆ ਜਿਹਦੇ ਤੇ ਮੈਂ ਖੁਸ਼ ਹੋਣਾ ਵਾ ਉਹਨੂੰ ਸੰਗਤ ਵਿੱਚ ਬਹਿ ਕੇ ਗੁਰੂ ਕੀ ਬਾਣੀ ਸੁਣਨ ਨੂੰ ਦੇਣਾ। ਆਖੋ ਸਤਨਾਮ ਸ੍ਰੀ। ਪਿਆਰਿਓ ਬੜੇ ਵੱਡਿਆਂ ਭਾਗਾਂ ਵਾਲੇ ਹੋ, ਜਿੱਥੇ ਤੁਹਾਨੂੰ ਦੁਨਿਆਵੀ ਦਾਤਾਂ ਗੁਰੂ ਨੇ ਦਿੱਤੀਆਂ ਨੇ ਉੱਥੇ ਅੱਜ ਸੰਗਤ ਵਿੱਚ ਬਹਿ ਕੇ ਗੁਰੂ ਦਾ ਸ਼ੁਕਰਾਨਾ ਕਰਨ ਨੂੰ ਵੀ ਮਿਲਿਆ। ਇਹ ਵੱਡੇ ਭਾਗ ਨੇ ਸਤਸੰਗਤ ਜੀ, ਤੋ ਆਓ ਸਾਰੇ ਮਿਲ ਕੇ ਕੀਰਤਨ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ। ਜਨਮ ਤੁਮਾਰੇ ਦੇਖੇ, ਇਹ ਜਨਮ ਜਨਮ ਤੁਮਾਰੇ ਦੇਖੇ, ਜਪੋ ਇਹ ਜਨਮ ਬਹੁਤ ਜਨਮ ਪਿਛੜੇ ਥੇ ਜਨਮ
पयो दर्शन देखे कह रविदास आस लग जीवो फिर पयो दर्शन देखे बहुत जन्म पिछड़े थे बादो बहुत जन्म पिछड़े थे मादो यही जन्म जन्म तो मारे देखे जम्बो यही जन्म हम सर दीन दयाल ना तुम सर अब पते यार क्या की दे जपो हम सर दीन बचनी तोर मोर मन माने जन को पूरन दीजे बहुत जन्म पिछड़े थे बादो बहुत जन्म पिछड़े थे बादो यही जन्म जन्म तो मारे कारने कारण कवनिया बोले हो बल बल जाओ रमैया कारने कारण कवनिया बोले बहुत जन्म पिछड़े थे बादो बहुत जन्म पिछड़े थे बादो यही जन्म जन्म तो मारे लेखे यही जन्म जन्म तो मारे लेखे यही जन्म तुम्हारे लेखे वाहे गुरु ਸਾਡੀਆਂ ਪੈਣਾਂ ਵੱਲੋਂ ਹੁਕਮ ਹੋਏ ਹੈ ਇੱਕ ਵਾਰ ਸੁਣਾਉਣ ਦਾ ਮੈਂ ਸਭ ਦਾ ਹੋ ਕੇ ਵੇਖ ਲਿਆ ਇੱਕ ਤੇਰਾ ਹੋਣਾ ਬਾਕੀ ਹੈ ਆਪ ਸਭ ਸੰਗਤਾਂ ਦਾ ਹੁਕਮ ਸਿਰ ਮੱਥੇ ਪਰਵਾਨ ਕਿਉਂਕਿ ਆਪ ਸਾਰਿਆਂ ਵਿੱਚ ਗੁਰੂ ਵਸਦਾ ਹੈ
ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇੱਕ ਸ਼ਾਇਰ ਦਾ ਕਥਨ ਹੈ, ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਪਾਰਸ ਮਿੱਟ ਜਾਂਦੀ ਅੱਖਰ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਤੋ ਆਓ ਆਪਣੇ ਆਪਣੇ ਵੱਲੋਂ ਸਾਰੇ ਅਰਦਾਸ ਕਰੀਏ ਦਾਤਾ, ਚੰਗੇ ਆ ਮੰਦੇ ਆ ਜੈਸੇ ਵੀ ਆ ਹਾਂ ਤੇ ਤੇਰੇ, ਸਾਡੇ ਔਗਣਾਂ ਵੱਲ ਨਾ ਵੇਖ, ਸਾਡੇ ਸਿਰ ਤੇ ਵੀ ਆਪਣਾ ਮੇਰ ਭਰਿਆ ਹੱਥ ਰੱਖ, ਤਾਂ ਕਿ ਸਾਡੇ ਦੁੱਖ ਦਲਿੱਦਰ ਵੀ ਕੱਟੇ ਜਾਣ। ਤੋ ਆਓ ਆਪਣੇ ਆਪਣੇ ਵੱਲੋਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ। ਇੱਕ ਵਾਰੀ ਦਾਸ ਬੋਲਣਗੇ, ਇੱਕ ਵਾਰੀ ਸਾਰੀ ਸੰਗਤ ਨੇ ਹਾਜ਼ਰੀ ਲਗਵਾਉਣੀ ਹੈ ਜੀ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਤੇਰਾ ਹੋਣਾ ਬਾਕੀ ਏ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਤੇਰਾ ਹੋਣਾ ਬਾਕੀ ਏ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਮੈਂ ਆਪਣਾ ਸਭ ਕੁਛ ਖੋ ਬੈਠਾ, ਹੁਣ ਆਪਾ ਖੋਣਾ ਬਾਕੀ ਏ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਤੇਰਾ ਹੋਣਾ ਬਾਕੀ ਏ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਸਤਸੰਗਤ ਕੀਰਤਨ ਕਰਨ ਨਾਲ ਮਨ ਪਵਿੱਤਰ ਹੁੰਦਾ ਹੈ। ਇਸ ਕਰਕੇ ਸਾਡਾ ਖਿਆਲ ਹੈ, ਜਿੱਥੇ ਤੱਕ ਸਾਡੀ ਨਜ਼ਰ ਜਾਂਦੀ ਹੈ, ਸੰਗਤਾਂ ਹੀ ਸੰਗਤਾਂ ਨਜ਼ਰ ਆ ਰਹੀਆਂ ਨੇ। ਜਪਦੇ ਤੇ ਸਾਰੇ ਹੀ ਪਏ ਹੋ, ਪਰ ਜੇ ਪ੍ਰਗਟ ਰੂਪ ਵਿੱਚ ਜਪੋ, ਇੱਕ ਵਾਰੀ ਬੋਲੋਗੇ ਤਾਂ ਕਿੰਨੀਆਂ ਆਵਾਜ਼ਾਂ ਕੰਨਾਂ ਵਿੱਚ ਪੈਣਗੀਆਂ। ਜਿਹੜੇ ਪਿੱਛੇ ਬੈਠੇ ਨੇ ਉਹ ਵੀ ਜ਼ਰੂਰ ਬੋਲਦੇ ਹੋਣਗੇ, ਪਰ ਇੰਨੀ ਸੰਗਤ ਹੋਵੇ ਤੇ ਗੁਰੂ ਦਰਬਾਰ ਤੇ ਗੂੰਜਣਾ ਚਾਹੀਦਾ। ਸਤ ਸੰਗਤ ਆਓ ਇੱਕ ਵਾਰੀ ਦਾਸ ਬੋਲਣਗੇ, ਇੱਕ ਵਾਰੀ ਸਾਰੀ ਸੰਗਤ ਉੱਚੀ ਆਵਾਜ਼ ਵਿੱਚ ਕਿਰਪਾ ਕਰੋ, ਕੋਈ ਵੀ ਰਸਨਾ ਖਾਲੀ ਨਾ ਰਹਿ ਜਾਏ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਤੇਰਾ ਹੋਣਾ ਬਾਕੀ। ਬੋਲੋ ਮੈਂ ਸਭ ਦਾ ਹੋ ਕੇ ਵੇਖ ਲਿਆ, ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਤੇਰਾ ਹੋਣਾ ਬਾਕੀ ਏ। ਮੈਂ ਸਭ ਦਾ ਹੋ ਕੇ ਵੇਖ ਲਿਆ, ਇੱਕ ਸ਼ਰਦਾ ਦਾਤਾ
धागा वट लिया सदरा दिया कलिया चुन लिया शरदा दा धागा वट लिया सदरा दिया कलिया चुन लिया तेरे सोने गल बिच पौन लई बस हार परोना बाकी है तेरे सोने गल बिच पौन लई बस हार परोना बाकी है मैं सब दा होके वेख लिया एक तेरा होना बाकी है मैं सब दा होके वेख लिया एक तेरा होना बाकी जपो मैं सब होके वेख लिया एक एक तेरा होना बाकी है एक तेरा होना बाकी है परम सत्कार योग सत सिंह जी यो एक शायर दा कथन है मिलता है तेरे दर पे मुकद्दर से ज्यादा मिलता है तेरे दर पे मुकद्दर से ज्यादा हालांकि मुकद्दर भी तेरे दर से मिला है सिख पंथ दी अजीम शख्सियत माया नाज हस्ती परम सत्कार योग यानी संत सिंह जी मस्कीन साहब उन्हां दे आशीर्वाद सदका असी कुछ वचन आप जी दे सामने रखिए सहब बाणी विच फुरमान करदे ने ऐ मेरे मन तू क्यों चिंता दा जीवन जीने क्यों फिक्र दी दुनिया विच रहने तेरा तो गुरु पूरा है विश्वास तां करके देख के मेरा गुरु पूरा है जिदे अगे मैं अरदास कर रहा वो मेरी अरदास सुनेगा मेरे कारज रास करेगा मेरे पर्दे कज लेगा सतसंगत विश्वास वालिया दे बेड़े पार होंदे ने जिन्हां दा भरोसा बज गया गुरु ग्रंथ साहब जी महाराज ते उन्हां दे अज भी दुख दूर होंदे ने आखो सतनाम श्री इतिहास में जिक्र आंदा है भाई मरदाना गुरु नानक साहब दे सेवक घर बैठे सन ते भाई मरदाने दी घरवाली भाई मरदाने दे कोल बैठी कहन लगी तुसी कहंदे हो कि बाबा नानक सब दा सांझ है बाबा नानक ऊंच नीच नहीं देखदा भाई मरदाना जी मुस्कुरा के कहन लगे हाँ भलीए लोके मेरा बाबा नानक सब दा सांझ है ऊंच नीच नहीं देखदा ते भाई मरदाने दी घरवाली कहन लगी जे बाबा नानक सब दा सांझ है ऊंच नीच नहीं देखदा फिर वो साडे घर कदी क्यों नहीं आया ते भाई मरदाना जी कहन लगे भलीए लोके तू कहनी है कि बाबा नानक आया नहीं पर मैं कहना तू कदी बुलाया ही नहीं आखो सतनाम श्री तेरे बुलाण विच देर हो सकती है मेरे बाबे नानक दे आण विच नहीं घरवाली कहन लगी नहीं ओना नहीं आना असी हाँ गरीब ओ अरशां दे मालक भाई मरदाना कहन लगे अच्छा जे ए गल है फिर इंज कर तू पका रोटी मैं चलिया बाबे नानक नूं लैण वास्ते जे अज बाबा नानक ना आया ते फिर मवी कह देना बाबा तेरा राह वखरा ते मेरा राह वखरा कह के करो तुरे थोड़ी दूर गए भाई मरदाना दरवाजे दे कोल कुछ ख्याल आया ते घरवाली नू आवाज मारी भाई मरदाने ने भरीए लोके तू पका रोटी ते मैं चलिया बाबे नू लैण पर एक गल याद रखी जेड़ा भी फुलका तवे ते पावे मेरे बाबे नानक दा ना लैके पावे आखो सतनाम श्री कह के भाई मरदाना चल पे हन संगत विच कुछ मातावां बैठियां ने बजुर्ग भी बैठे ने उन्हां नू जरूर याद होवेगा कि पहला जदों घरां विच रोटी पकदी सी ते स्याणियां मातावां नूहां धीआं नू कह दिया करदियां सन बेटा पहला फुलका गुरु दे नां दा कढ़ना उच्चा रख देना गुरुद्वारों भाई जी ने प्रशादा लैण वास्ते आउणा है हर घर विच पहला फुलका गुरु दे नां दा पकदा सी सत संगत ते बरकतां वी हुंदियां सन
ਅੱਜ ਕੱਲ ਬਹੁਤ ਕੁਝ ਹੈ ਘਰਾਂ ਵਿੱਚ, ਪਰ ਚੈਨ ਨਹੀਂ, ਸੁੱਖ ਨਹੀਂ, ਸਿਦਕ ਨਹੀਂ, ਸੰਤੋਖ ਨਹੀਂ। ਤੇ ਭਾਈ ਮਰਦਾਨਾ ਕਹਿ ਗਏ, ਭਲੀਏ ਲੋਕੇ, ਜਿਹੜਾ ਫੁਲਕਾ ਤਵੇ ਤੇ ਪਾਵੇ, ਮੇਰੇ ਬਾਬੇ ਨਾਨਕ ਦਾ ਨਾਂ ਲੈ ਕੇ ਪਾਵੇ। ਕਹਿ ਕੇ ਭਾਈ ਮਰਦਾਨਾ ਚੱਲ ਪਏ ਹਨ। ਜਿਸ ਵੇਲੇ ਥੋੜੀ ਦੂਰ ਗਏ ਤੇ ਭਾਈ ਮਰਦਾਨਾ ਕੀ ਤੱਕਦਾ, ਉਹ ਸਾਹਮਣੇ ਉਹ ਧੰਨ ਗੁਰੂ ਨਾਨਕ ਸਾਹਿਬ ਤੁਰੇ ਆਉਂਦੇ ਹਨ। ਨਿਰਾ ਨੂਰ ਹੀ ਨੂਰ, ਕਿਉਂਕਿ ਬਾਬਾ ਨਾਨਕ ਹੈ ਹੀ ਨੂਰ। ਭਾਈ ਮਰਦਾਨਾ ਦੌੜ ਕੇ ਅੱਗੇ ਹੋਏ, ਚਰਨਾਂ ਤੇ ਮੱਥਾ ਟੇਕਿਆ ਤੇ ਪੁੱਛਿਆ, ਹੱਥ ਜੋੜ ਕੇ, ਦਾਦਾ ਹਜ਼ਾਰਾਂ ਸੰਗਤਾਂ ਸੇਵਕ ਹਰ ਵੇਲੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ, ਅੱਜ ਇਕੱਲੇ ਹੀ ਤੁਰੇ ਜਾਂਦੇ ਹੋ, ਨਾ ਸੰਗਤਾਂ ਨਾ ਸੇਵਕ, ਕਿੱਥੇ ਚੱਲੇ ਹੋ? ਤੇ ਮੇਰਾ ਬਾਬਾ ਨਾਨਕ ਸੁਣ ਕੇ ਮੁਸਕਰਾਏ ਹਨ। ਜਿਸ ਵੇਲੇ ਬਾਬਾ ਨਾਨਕ ਮੁਸਕਰਾਏ, ਚਿਹਰਾ ਹੋਰ ਲਾਲ ਸੁਰਖ ਹੋ ਗਿਆ ਤੇ ਮੁਸਕਰਾਉਂਦਿਆਂ ਕਿਹਾ, ਮਰਦਾਨਿਆ ਆਪੇ ਹੀ ਬੁਲਾਇਆ ਤੇ ਆਪੇ ਹੀ ਭੁੱਲ ਗਏ। ਉਹ ਮਰਦਾਨਿਆ ਅੱਜ ਬੜੀ ਭੁੱਖ ਲੱਗੀ ਏ, ਤੇਰੇ ਘਰ ਪ੍ਰਸ਼ਾਦਾ ਛਕਣ ਚੱਲੇ ਆ। ਮਰਦਾਨਿਆ ਰੋਟੀ ਖਵਾਏਗਾ? ਇਹ ਜਿਹੜੇ ਬਾਬੇ ਨਾਨਕ ਦੇ ਬੋਲ ਸਨ ਕਿ ਮਰਦਾਨਿਆ ਰੋਟੀ ਖਵਾਏਗਾ, ਭਾਈ ਮਰਦਾਨੇ ਦੀਆਂ ਅੱਖਾਂ ਵਿੱਚੋਂ ਇਉਂ ਹੰਝੂ ਨਿਕਲੇ ਜਿਵੇਂ ਬਰਸਾਤ ਪੈਂਦੀ ਏ। ਕਿਸੀ ਕੇ ਏਕ ਆਂਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਇਹ ਲਫ਼ਜ਼ ਦਿਲ ਚੀਰ ਗਏ। ਭਾਈ ਮਰਦਾਨਾ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਿਆ ਤੇ ਰੋ ਰੋ ਕੇ ਕਹਿਣ ਲੱਗਾ, ਦਾਦਾ ਤੇਰਾ ਦਿੱਤਾ ਖਾਣ ਵਾਲੇ ਤੈਨੂੰ ਕੀ ਖਵਾ ਸਕਨੇ ਆ। ਤੇ ਸਤਿਗੁਰ ਕਹਿੰਦੇ ਨੇ, ਮਰਦਾਨਿਆ ਉੱਠ, ਰੋ ਨਾ, ਚੱਲ ਕਰ ਲੈ, ਚੱਲ, ਭੁੱਖ ਬੜੀ ਲੱਗੀ ਏ। ਤੇ ਭਾਈ ਮਰਦਾਨਾ ਹੱਥ ਜੁੜੇ ਹੋਏ, ਹੰਝੂਆਂ ਨਾਲ ਅੱਖਾਂ ਭਰੀਆਂ, ਕਹਿੰਦਾ, ਦਾਤਾ ਪਹਿਲਾਂ ਤੇ ਮੈਨੂੰ ਖਿਮਾ ਕਰ, ਮੇਰੇ ਮਨ ਵਿੱਚ ਇਹ ਖਿਆਲ ਵੀ ਕਿਵੇਂ ਆ ਗਿਆ ਕਿ ਤੁਸੀਂ ਆਓਗੇ ਨਹੀਂ? ਤੇ ਸਤਿਗੁਰ ਕਹਿਣ ਲੱਗੇ, ਚੱਲ ਮਰਦਾਨਿਆ, ਛੱਡ, ਕਰ ਲੈ, ਚੱਲ। ਇੱਕ ਗੱਲ ਯਾਦ ਰੱਖਣਾ ਸਤ ਸੰਗਤ, ਤੁਸੀਂ ਦੁਨੀਆਂ ਦੇ ਕਿਸੇ ਕੋਨੇ ਵੀ ਬੈਠੇ ਹੋਵੋ, ਗੁਰੂ ਦੇ ਨਾਂ ਤੇ ਕੋਈ ਵੀ ਭੇਟਾ ਕੱਢਦੇ ਹੋ, ਹਾਲੇ ਮਨ ਵਿੱਚ ਸੋਚਦੇ ਹੀ ਹੋ ਮਨ ਕਰਕੇ ਕਿ ਗੁਰੂ ਨੂੰ ਭੇਟਾ ਕਰਨੀ ਏ, ਉਹ ਗੁਰੂ ਨੂੰ ਉਦੋਂ ਹੀ ਪ੍ਰਵਾਨ ਹੋ ਜਾਂਦੀ ਏ। ਇਹ ਚੀਜ਼ਾਂ ਤੇ ਇੱਕ ਬਹਾਨਾ ਹੈ ਸਤ ਸੰਗਤ, ਅਸਲੀ ਭੇਟਾ ਤੇ ਮਨ ਦਾ ਪਿਆਰ ਹੈ। ਘਰ ਪਹੁੰਚੇ ਤੇ ਭਾਈ ਮਰਦਾਨਾ ਖੁਸ਼ੀ ਨਾਲ ਝੂਮਦੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰਦੇ ਨੇ, ਭਲੀਏ ਲੋਕੇ, ਇਹ ਦੇਖ ਮੇਰਾ ਬਾਬਾ ਨਾਨਕ ਆਇਆ। ਭਾਈ ਮਰਦਾਨੇ ਦੀ ਘਰਵਾਲੀ ਫੁਲਕੇ ਪਕਾ ਰਹੀ ਸੀ, ਰਸੋਈ ਵਿੱਚੋਂ ਬਾਹਰ ਆਈ, ਆਟੇ ਨਾਲ ਹੱਥ ਭਰੇ, ਸਾਹਮਣੇ ਬਾਬੇ ਨਾਨਕ ਨੂੰ ਦੇਖਿਆ, ਇਹ ਖੁਸ਼ੀ ਚੱਲੀ ਨਹੀਂ ਗਈ, ਇਕਦਮ ਚਰਨਾਂ ਤੇ ਡਿੱਗ ਪਈ। ਸਤਿਗੁਰਾਂ ਸਿਰ ਤੇ ਪਿਆਰ ਦਿੱਤਾ ਤੇ ਕਿਹਾ, ਬੇਟਾ ਤੂੰ ਕਿਵੇਂ ਸੋਚ ਲਿਆ ਕਿ ਮੈਂ ਆਵਾਂਗਾ ਨਹੀਂ? ਮੇਰੇ ਬੇਟਾ ਤੁਹਾਡੇ ਬੁਲਾਉਣ ਵਿੱਚ ਦੇਰ ਹੋ ਸਕਦੀ ਹੈ, ਮੇਰੇ ਆਉਣ ਵਿੱਚ ਨਹੀਂ। ਮੰਜਾ ਵਿਛਾਇਆ, ਸਤਿਗੁਰੂ ਨਾਨਕ ਮੰਜੇ ਤੇ ਬੈਠੇ ਹਨ ਤੇ ਨਾਲ ਹੀ ਕਹਿੰਦੇ ਨੇ, ਬੇਟਾ ਅੱਜ ਬੜੀ ਭੁੱਖ ਲੱਗੀ ਏ, ਲਿਆਓ ਮੈਨੂੰ ਪ੍ਰਸ਼ਾਦਾ ਛਕਾ। ਭਾਈ ਮਰਦਾਨੇ ਦੀ ਘਰਵਾਲੀ ਪੈਰ ਧਰਤੀ ਤੇ ਨਹੀਂ ਪੈਂਦੇ, ਖੁਸ਼ੀ ਖੁਸ਼ੀ ਦੌੜੀ ਏ ਰਸੋਈ ਵੱਲ ਕੇ ਪ੍ਰਸ਼ਾਦਾ ਲੈ ਕੇ ਆਵਾਂ। ਪਿੱਛੋਂ ਧੰਨ ਗੁਰੂ ਨਾਨਕ ਸਾਹਿਬ ਆਵਾਜ਼ ਮਾਰਦੇ ਨੇ, ਬੇਟਾ ਗੱਲ ਸੁਣ, ਉਹੋ ਹੀ ਫੁਲਕਾ ਲੈ ਕੇ ਆਵੀ ਜਿਹੜਾ ਫੁਲਕਾ ਮੇਰਾ ਨਾਂ ਲੈ ਕੇ ਤਵੇ ਤੇ ਪਾਇਆ ਸੀ। ਮਨ ਹੋਰ ਪਿਆਰ ਨਾਲ ਭਰ ਗਿਆ ਕਿ ਮੇਰਾ ਬਾਬਾ ਨਾਨਕ ਦਿਲਾਂ ਦੀਆਂ ਜਾਣਦੇ, ਜਿਹੜਾ ਫੁਲਕਾ ਬਾਬੇ ਦਾ ਨਾਂ ਲੈ ਕੇ ਮੈਂ ਪਕਾਇਆ ਉਹੋ ਹੀ ਬਾਬੇ ਨੇ ਮੰਗਿਆ। ਖੁਸ਼ੀ ਹੋਰ ਵੱਧ ਗਈ। ਭਾਈ ਮਰਦਾਨੇ ਦੀ ਘਰਵਾਲੀ ਦੌੜੀ ਆਈ, ਥਾਲ ਵਿੱਚ ਪ੍ਰਸ਼ਾਦਾ ਰੱਖ ਕੇ ਲਿਆਈ, ਫੁਲਕੇ ਨਾਲੋਂ ਇੱਕ ਬੁਰਕੀ ਤੋੜ ਕੇ ਸਤਿਗੁਰੂ ਨਾਨਕ ਨੇ ਆਪਣੇ ਪਵਿੱਤਰ ਮੁੱਖ ਵਿੱਚ ਪਾਈ ਤੇ ਭਾਈ ਮਰਦਾਨੇ ਦੀ ਘਰਵਾਲੀ ਜ਼ਾਰੋ ਜ਼ਾਰ ਰੋਈ। ਇਹ ਰੋਈ ਜਿਵੇਂ ਬੱਚੇ ਰੋਂਦੇ ਹਨ। ਸਾਹਿਬ ਕਹਿਣ ਲੱਗੇ, ਬੇਟਾ ਹੁਣ ਕਿਉਂ ਰੋਣਾ ਆਇਆ, ਹੁਣ ਤੇ ਮੈਂ ਆ ਗਿਆ। ਤੇ ਭਾਈ ਮਰਦਾਨੇ ਦੀ ਘਰਵਾਲੀ ਕਹਿੰਦੀ ਹੈ, ਬਾਬਾ ਨਾਨਕ ਮੈਨੂੰ ਯਕੀਨ ਨਹੀਂ ਹੁੰਦਾ, ਤੁਸੀਂ ਅਰਸ਼ਾਂ ਦੇ ਮਾਲਕ, ਮੈਂ ਗਰੀਬ, ਸਾਡੇ ਹੱਥ ਦਾ ਕੋਈ ਪਾਣੀ ਪੀ ਕੇ ਰਾਜ਼ੀ ਨਹੀਂ, ਇਹਨਾਂ ਹੱਥਾਂ ਦਾ ਬਣਿਆ ਆਪ ਜੀ ਨੂੰ ਪ੍ਰਸ਼ਾਦਾ ਛਕਦਿਆਂ ਦੇਖਿਆ, ਇਹ ਖੁਸ਼ੀ ਚੱਲੀ ਨਹੀਂ ਜਾਂਦੀ। ਸਤਿਗੁਰ ਉੱਠੇ ਹਨ, ਸਿਰ ਤੇ ਪਿਆਰ ਦਿੰਦੇ ਨੇ, ਕਹਿੰਦੇ ਨੇ, ਬੇਟਾ ਤੂੰ ਕਿਵੇਂ ਸੋਚ ਲਿਆ ਕਿ ਮੈਂ ਆਵਾਂਗਾ ਨਹੀਂ? ਬੇਟਾ ਮੈਂ ਤੇ ਉਡੀਕਦਾ,
कद मैनू कोई प्यार नाल बुलावे मैं आप चल के जावा। आखो सतनाम श्री। एक बेनती कर दईए सत संगत, जदों कदी तुहाडा हौसला तुहाडी हिम्मत जवाब देन लग जाए, मन टुटन लग पवे, अखां विच अथरू भरे होण, अपने पराए सब दूर हो जाण, जदों मन नूं लगे कि कोई होर सहारा नहीं, तां उस वेले दुनिया दा सहारा लभण दी कोशिश ना करना, दुनिया दे मालक दा सहारा लभण दी कोशिश करना। सारे दरवाजे बंद हो सकते ने, लेकिन परमात्मा दा दरवाजा कदी बंद नहीं होंदा। सब साथ देना छड़ सकते ने, लेकिन परमात्मा कदी तुहाडा साथ नहीं छड़ेगा। किसे होर नूं तुहाडे ते तरस आवे ना आवे, गुरु नूं तरस जरूर आवेगा। कोई तुहाडी देखभाल करे भावे ना करे, वह मालक जरूर करेगा, उहदा सहारा सब तो वड्डा है। सत संगत देण वेले मालक दे हाथ नहीं दिखाई देंदे, पर उहदा दित्ता होया चोली विच जरूर नजर आंदा है। इस वास्ते अगर अरदास करनी है ते गुरु अगे करो, जिहड़ा सब दियां अरदासां सुणदा है। शायर कहिंदे उह बगीचा वीका दा बगीचा, जिहदे अंदर कोई फुहारा ना होवे, उह कहानी वीका दी कहानी, जिहदा कोई अगों हुंगारा ना होवे, उह पींग वीका दी पींग हुंदी, जिहदा कोई वधिया हुलारा ना होवे, उह कौमां कदे तरक्की नहीं करदियां जिन्हां दा उच्चा जयकारा ना होवे।
ਸਾਗ ਕਾਰ ਜੀ ਆਪ ਖਲੋਇਆ, ਆਪ ਖਲੋਇਆ, ਆਪ ਸਤਿਕਾਰਯੋਗ ਸਤਸੰਗ ਜੀਓ, ਇਸ ਦੁਨੀਆਂ ਵਿੱਚ ਬੜੇ ਪੀਰ ਪੈਗੰਬਰ ਅਵਤਾਰ ਹੋਏ ਨੇ, ਕੋਈ ਮਾੜਾ ਨਹੀਂ, ਸਾਰੇ ਹੀ ਚੰਗੇ ਨੇ। ਇਸ ਦੁਨੀਆਂ 'ਤੇ ਬੜੇ ਧਾਰਮਿਕ ਅਸਥਾਨ ਨੇ, ਸਭ ਚੰਗੇ ਨੇ, ਪਰ ਇਹ ਵੀ ਸੱਚ ਹੈ ਕਿ ਗੁਰੂ ਨਾਨਕ ਦੇ ਘਰ ਵਰਗਾ ਕੋਈ ਘਰ ਨਹੀਂ। ਆਖੋ ਸਤਨਾਮ ਸ੍ਰੀ। ਜਿਵੇਂ ਤੁਸੀਂ ਕਈ ਵਾਰੀ ਤੀਰਥ ਯਾਤਰਾ 'ਤੇ ਜਾਂਦੇ ਹੋ ਨਾ, ਇਸੇ ਤਰ੍ਹਾਂ ਕਾਬੁਲ ਤੋਂ ਆਈਆਂ ਬਹੁਤ ਸਾਰੀਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਈਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ। ਪੁਤਲੀ ਘਰ ਅੰਮ੍ਰਿਤਸਰ ਸਾਹਿਬ ਇਸ ਜਗ੍ਹਾ ਸੰਗਤਾਂ ਪਹੁੰਚੀਆਂ ਤੇ ਰਾਤ ਪੈ ਰਹੀ ਸੀ। ਸੰਗਤਾਂ ਪਹਿਲੀ ਵਾਰੀ ਆਈਆਂ ਸਨ ਕਾਬੁਲ ਤੋਂ। ਸਾਰਿਆਂ ਨੇ ਸਲਾਹ ਕੀਤੀ ਕਿ ਰਾਤ ਪੈ ਰਹੀ ਹੈ, ਰਾਤ ਇੱਥੇ ਆਰਾਮ ਕਰਦੇ ਹਾਂ, ਦਿਨ ਚੜ੍ਹੇਗਾ ਫਿਰ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਾਂਗੇ। ਲੰਗਰ ਦਾ ਵੇਲਾ, ਭੁੱਖ ਲੱਗੀ ਏ, ਪਰ ਅੰਤਰਯਾਮੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੈਸਾ ਗੁਰੂ। ਅੱਜ ਸੇਵਕਾਂ ਸੰਗਤਾਂ ਨੂੰ ਕੁਝ ਨਹੀਂ ਕਿਹਾ, ਆਪਣੀ ਪਤਨੀ ਮਾਤਾ ਗੰਗਾ ਨੂੰ ਕਹਿੰਦੇ ਨੇ, ਗੰਗਾ ਮੇਰੇ ਗੁਰੂ ਨਾਨਕ ਦੀ ਸੰਗਤ ਆਈ ਹੈ ਕਾਬੁਲ ਤੋਂ, ਸੰਗਤਾਂ ਨੇ ਲੰਗਰ ਛਕਣਾ, ਆਓ ਲੰਗਰ ਤਿਆਰ ਕਰੀਏ। ਧੰਨ ਮਾਤਾ ਗੰਗਾ ਤੇ ਗੁਰੂ ਅਰਜਨ ਦੇਵ ਜੀ ਆਪ ਸੰਗਤਾਂ ਵਾਸਤੇ ਲੰਗਰ ਤਿਆਰ ਕਰ ਰਹੇ ਨੇ। ਫਿਰ ਸਿਰ ਤੇ ਕੱਪੜਾ ਇਸ ਤਰ੍ਹਾਂ ਸਤਿਗੁਰਾਂ ਨੇ ਲਪੇਟ ਲਿਆ ਕਿ ਰਾਹ ਵਿੱਚ ਕੋਈ ਪਛਾਣੇ ਨਾ। ਕੱਪੜੇ ਵੀ ਸਾਦੇ ਪਾ ਲਏ, ਕੱਪੜੇ ਵਾਲੇ ਪੱਖੇ ਹੁੰਦੇ ਸਨ ਪਹਿਲਾਂ, ਕੱਪੜੇ ਵਾਲੇ ਦੋ ਵੱਡੇ ਪੱਖੇ ਵੀ ਲੈ ਲਏ ਤੇ ਗੁਰੂ ਅਰਜਨ ਦੇਵ ਜੀ ਆਪ ਸਿਰ ਤੇ ਲੰਗਰ ਚੁੱਕ ਕੇ ਨੰਗੇ ਪੈਰ ਸੰਗਤਾਂ ਵੱਲ ਚੱਲ ਪਏ। ਕਿਸੇ ਨੇ ਪਛਾਣਿਆ ਨਾ ਕਿ ਜਿਹਦੇ ਦਰਸ਼ਨ ਕਰਨ ਆਏ ਆ ਉਹੀ ਉਹ ਲੰਗਰ ਲੈ ਕੇ ਆਇਆ। ਆਖੋ ਸਤਨਾਮ ਸ੍ਰੀ। ਸੰਗਤਾਂ ਨੂੰ ਲੰਗਰ ਛਕਾਇਆ। ਸਤ ਸੰਗਤ ਜਰਾ ਸੋਚੋ ਕੈਸੇ ਕਰਮ ਹੋਣਗੇ ਉਹਨਾਂ ਸੰਗਤਾਂ ਦੇ ਜਿਹੜੇ ਗੁਰੂ ਸਾਹਿਬ ਦੇ ਹੱਥੋਂ ਪ੍ਰਸ਼ਾਦਾ ਲੈ ਕੇ ਛਕਦੇ ਹੋਣਗੇ। ਰਾਤ ਬਹੁਤ ਹੋ ਗਈ ਸੀ ਪਰ ਗਰਮੀ ਬੜੀ ਏ। ਕੱਪੜੇ ਵਾਲਾ ਇੱਕ ਪੱਖਾ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥ ਪਕੜਿਆ, ਇੱਕ ਪੱਖਾ ਧੰਨ ਮਾਤਾ ਗੰਗਾ ਉਹਨਾਂ ਆਪਣੇ ਹੱਥ ਪਕੜਿਆ। ਸੰਗਤਾਂ ਸੁੱਤੀਆਂ ਹਨ ਤੇ ਗੁਰੂ ਅਰਜਨ ਦੇਵ ਜੀ ਪਿਤਾ ਪੱਖਾ ਚੱਲਦੇ ਨੇ। ਅੱਧੀ ਰਾਤ ਬੀਤ ਗਈ, ਅਚਾਨਕ ਦੇਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਬੁੱਢਾ ਬਾਬਾ ਲੰਮਾ ਪਿਆ, ਨੀਂਦ ਨਹੀਂ ਆਉਂਦੀ, ਲੱਤਾਂ ਦੁਖਦੀਆਂ ਨੇ, ਇੰਨੀ ਦੂਰੋਂ ਤੁਰ ਕੇ ਆਇਆ ਕਾਬੁਲ ਤੋਂ। ਪੱਖਾ ਇੱਕ ਪਾਸੇ ਰੱਖ ਦਿੱਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬੇ ਦੇ ਪੈਰਾਂ ਵੱਲ ਚੌਂਕੜਾ ਮਾਰ ਕੇ ਬਹਿ ਗਏ। ਜਿਨ੍ਹਾਂ ਪਵਿੱਤਰ ਹੱਥਾਂ ਨਾਲ ਦੁਨੀਆਂ ਨੂੰ ਦਾਤਾਂ ਦਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਹੱਥਾਂ ਨਾਲ ਬਾਬੇ ਦੇ ਪੈਰ ਕੁੱਟਣ ਲੱਗ ਪਏ। ਵਾਹ ਓ ਬਾਬਾ, ਦੇਖਿਆ ਜਾਏ ਸਤ ਸੰਗਤ ਤੇ ਕਹਿ ਸਕਨੇ ਆ, ਵਾਹ ਓ ਬਾਬਾ ਕੈਸੀ ਕਿਸਮਤ ਹੈ ਤੇਰੀ, ਜਿਸ ਗੁਰੂ ਦੇ ਦਰਸ਼ਨ ਕਰਨ ਆਇਆ ਉਹ ਗੁਰੂ ਤੇਰੇ ਪੈਰ ਪਿਆ ਕੁੱਟਦਾ। ਓ ਬਾਬਾ ਅੱਖਾਂ ਖੋਲ ਕੇ ਦੇਖਦੇ ਸਹੀ, ਉਹ ਤੇਰੇ ਪੈਰਾਂ ਵੱਲ ਕੌਣ ਬੈਠਾ ਹੈ? ਜਦ ਬਾਬਾ ਸੌਂ ਗਿਆ ਸਤਿਗੁਰੂ ਜੀ ਉੱਠੇ, ਹੁਣ ਜਿਹਨੂੰ ਵੀ ਥੱਕਿਆ ਹੋਇਆ ਦੇਖਦੇ ਨੇ ਉਹਦੇ ਪੈਰ ਜਾ ਕੁੱਟਦੇ ਨੇ। ਅੰਮ੍ਰਿਤ ਵੇਲਾ ਹੋ ਗਿਆ, ਪੱਖਾ ਚੱਲਦਿਆਂ ਪੈਰ ਕੁੱਟਦਿਆਂ, ਤੇ ਜਿਹੜਾ ਕਾਬੁਲ ਤੋਂ ਸੰਗਤ ਨੂੰ ਲੈ ਕੇ ਆਇਆ ਸੀ ਜਥੇਦਾਰ, ਉਹ ਗੁਰੂ ਅਰਜਨ ਦੇਵ ਜੀ ਨੂੰ ਦੇਖਦਾ ਤੇ ਨਾਲੇ ਕਹਿੰਦਾ, ਸਿੱਖਾ ਅਸੀਂ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਦੱਸਾਂਗੇ ਕਿ ਤੂੰ ਬੜੀ ਸੇਵਾ ਕੀਤੀ ਏ। ਭੋਲਿਆਂ ਨੂੰ ਕੀ ਪਤਾ ਕਿਸ ਗੁਰੂ ਨੂੰ ਦੱਸਣਾ, ਉਹਨੂੰ ਜਿਹੜਾ ਆਪ ਸੇਵਾ ਪਿਆ ਕਰਦਾ। ਤੇ ਗੁਰੂ ਅਰਜਨ ਦੇਵ ਜੀ ਸੁਣ ਕੇ ਮੁਸਕਰਾ ਪਏ, ਕਹਿਣ ਲੱਗੇ, ਆਓ ਭਾਈ ਤੁਹਾਨੂੰ ਹਰਿਮੰਦਰ ਸਾਹਿਬ ਲੈ ਚੱਲਾਂ। ਆਖੋ ਸਤਨਾਮ ਸ੍ਰੀ। ਗੱਲ ਟਾਲ ਦਿੱਤੀ, ਅੱਗੇ ਅੱਗੇ ਸਤਿਗੁਰ ਪਿੱਛੇ ਸੰਗਤਾਂ ਦਰਸ਼ਨੀ ਡਿਓੜੀ ਪਹੁੰਚੇ ਦਰਬਾਰ ਸਾਹਿਬ ਦੇ ਬਾਹਰ। ਤੇ ਸੰਗਤ ਦਾ ਜਥੇਦਾਰ ਫਿਰ ਸਤਿਗੁਰਾਂ ਨੂੰ ਪੁੱਛਦਾ, ਐ ਸਿੱਖਾਂ ਪਹਿਲੀ ਵਾਰੀ ਆਏ ਆ ਤੇ ਕਿਧਰੇ ਵੀ ਪਹਿਲੀ ਵਾਰ ਜਾਓ, ਅੱਗੇ ਦਾ ਪਤਾ ਨਹੀਂ ਹੁੰਦਾ ਕਿ ਕੀ ਇੰਤਜ਼ਾਮ ਹੈ, ਅਸੀਂ ਆਪਣੀਆਂ ਜੁੱਤੀਆਂ ਕਿੱਥੇ ਰੱਖੀਏ, ਜੋੜੇ
सत संगत इस संसार विच चार युग मने गए ने, सत युग त्रेता द्वापर ते कल युग, पर ऐसी कथा होर किसे युग विच नहीं मिलती। गुरु अर्जन देव जी ने हाथ जोड़ ले ते संगता नू कहन लगे, भाई ओ गुरु नानक दे प्यारे हो, तुसी अपने जोड़े इत्थे ला दिओ, मैं इन्हां दी रखवाली करदा ते तुसी अंदर दर्शन कर आओ। संगता ने जोड़े उतारे, हर कोई काली काली दौड़िया जांदा, पहला मैं देखा गुरु अर्जन साहब कैसे ने। संगतां दरबार साहब पहुंचियां ते दरबार साहब दे ग्रंथी बाबा बुढ़ा जी सन। संगतां कहंदियां ने, बाबा जी गुरु अर्जन देव जी दे दर्शन करने ने। बाबा बुढ़ा जी कहन लगे, भाई हुणे महलां विच्चों पता लगा, रात काबुल तो संगत आई हुई सी, गुरु अर्जन देव जी ते रात दे ही गए ने। वो जथेदार कहंदे, जी काबुल तो ते असी आए हाँ। बाबा बुढ़ा जी पुछण लगे, भी तुहानू नहीं मिले महाराज? कहन लगे, ना बाबा जी। ते बाबा बुढ़ा जी कहन लगे, भाई सानू ए भी पता लगा कि सतगुर इकले नहीं गए, नाल उना दी धर्म पत्नी माता गंगा भी गए हन लंगर लैके। बस सत संगत ये सुनना सी कि नाल माता गंगा भी गए ने। सारिया दे शरीर कंब गए, हाथ जुड़े, अखां विचों अथरू पे वगदे ने, ते रोंदिया कहन लगे, बाबा जी वो गुरु सन, सारी रात सानू पखा चलते रहे, साढ़े पैर कुटते रहे, असा पछाणिया ना। ते बाबा बुढ़ा जी नू ख्याल आया, अचानक पुछया, सारी रात सतगुरु तुहाडे कोल सन, हुण कित्थे ने? सत संगत अखां ने ते रोना सी, दिल भी रो पए, इओ रोए सारे जिवें बच्चे रोंदे हन। ते रोंदिया कहन लगे, बाबा जी ये देना कित्थे देंगे, उस गुरु नू अपने जोड़िया दी रखवाली बिठा के आए आ। बाबा बुढ़ा जी बार नू दौड़ पए, पिछे काबुल दिया संगतां, एक वारी हाथ जोड़ो, प्यार नाल आखो धन गुरु अर्जन देव जी महाराज, आखो प्यार नाल धन गुरु अर्जन देव जी महाराज। की नजारा तकिया, चार चुफेरे संगतां दे जोड़े पए ने, विचकार चौंकड़ा मार के गुरु अर्जन देव जी बैठे हुए ने, इधरों जोड़ा चुकते ने, रुमाल नाल पूंजते ने, ते रुमाल अपने मुख उत्ते फेर लैंदे ने। फिर जोड़ा चुकिया बाबा बुढ़ा जी ने हथों खो लिया, ते गुरु अर्जन देव जी मुस्कुरा के कहंदे ने, बाबा जी जोड़ा क्यों खो लिया है, सेवा कर लैण दिओ ताकि मेरा भी उद्धार हो जाए। बस ये सुनना सी सात संगत के, काबुल दियां संगतां चरना ना लिपट गईयां, ए दाता भुल हो गई, ए देना कित्थे देंगे। ते सतगुरु जी उठे हन, जिहड़ियां संगतां काबुल तो चल के आईयां ने, एक एक नू गल दे नाल लगांदे ने, सिर ते प्यार देंदे ने, कहंदे ने, ना भाई दुखी ना होना, तुसी गुरु नानक दे घर आए हो, जिहड़ा गुरु कियां संगतां दी सेवा करदा है उहदा जन्म मरन सवर जांदा है, जिहड़ा गुरु नानक दियां संगतां दे जोड़े झड़दा है उहदे पाप झड़ जांदे ने। मेरी भी अरदास करो कि मेरी भी सिक्खी तोड़ निभ जावे। सत संगत कितनी कृपा कीती सतगुरां ने, हर साल दी तरह उद्दम बख्शे है, दया दे सागर सब दा भला मंगण वाले परम सत्कारयोग महंत जगमोहन सिंह जी, जिन्होंने आप संगतां दे सहयोग नाल इतना सोहना समागम रचिया। उत्तम उत्साह सतगुर किसे नूं देंदे ने, पर उन्हां सदका जुड़दे सारे ही ने। इन्हां महापुरशां नूं सतगुरां ने उद्दम बख्शिया, आपां सारे गुरु दे नाल जुड़ गए। तू आओ, दो मिनट वास्ते हुक्म होया है, श्री हर कृष्ण त्याई है, जिस डिठे सब दुख जाए, ये पढ़ के उपरंत कीर्तन दी समाप्ति होवेगी जी। सब दुख जाए, 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 जब सब दुख जाए,
ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਸਭ ਦੁੱਖ ਜਾਏ, ਸਭ ਦੁੱਖ ਜਾਏ, ਸਭ ਦੁੱਖ ਜਾਏ, ਜਪੋ ਸਭ ਦੁੱਖ ਜਾਏ। ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ, ਸ਼ਰਧਾ ਵਾਲ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਮੀਰੀ ਪੀਰੀ ਕੀਰਤਨ ਵਿਦਿਆਲੇ ਦੀਆਂ ਉਹਨਾਂ ਬੱਚੀਆਂ ਵਾਸਤੇ ਮਾਇਆ ਭੇਟ ਕੀਤੀ ਹੈ, ਅਸੀਂ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਵਿਖੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਆਪ ਸਭ ਦੀ ਕਿਰਤ ਕਮਾਈ ਕਾਰੋਬਾਰਾਂ ਵਿੱਚ ਬਰਕਤ ਬਖਸ਼ਣ, ਆਉਣ ਵਾਲਾ ਸਮਾਂ ਤੁਹਾਡਾ ਸਾਰਿਆਂ ਦਾ ਸੁੱਖਾਂ ਭਰਿਆ ਆਵੇ, ਮੇਰੇ ਸਤਿਗੁਰੂ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਭਲਾ ਕਰਨ। ਧੰਨਵਾਦ ਹੈ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਦੂਰੋਂ ਨੇੜਿਓਂ ਚੱਲ ਕੇ ਆਈਆਂ ਹੋਈਆਂ ਸ਼ਰਧਾਵਾਨ ਸੰਗਤਾਂ ਦਾ ਤੈ ਦਿਲੋਂ ਧੰਨਵਾਦ, ਅਤੀ ਧੰਨਵਾਦੀ ਆ। ਆਵਾਜ਼ ਵਿੱਚ ਰੂਹਾਨੀ ਤਾਕਤ ਰੱਖਣ ਵਾਲੇ ਪਰਮ ਸਤਿਕਾਰਯੋਗ ਮਹੰਤ ਜਗਮੋਹਨ ਸਿੰਘ ਜੀ, ਉਹਨਾਂ ਦੇ ਸ਼ਰਧਾਵਾਨ ਸੇਵਾਦਾਰਾਂ ਦਾ ਧੰਨਵਾਦ। ਧੰਨਵਾਦ ਕਰਨੇ ਆ ਸਾਡੇ ਅਤਿ ਸਤਿਕਾਰਯੋਗ ਵੀਰ ਜੀ ਸਰਦਾਰ ਸਰਬਜੀਤ ਸਿੰਘ ਜੀ ਰਾਜਾ, ਸਰਦਾਰ ਚਰਨਜੀਤ ਸਿੰਘ ਜੀ ਬਬਲੂ, ਸਰਦਾਰ ਪ੍ਰਭਜੀਤ ਸਿੰਘ ਜੀ ਲਵ ਵੀਰ ਜੀ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਸੂਝਵਾਨ ਸਟੇਜ ਸਕੱਤਰ ਸਾਹਿਬ ਪਰਮ ਸਤਿਕਾਰਯੋਗ ਭਾਈ ਇਕਬਾਲ ਸਿੰਘ ਜੀ ਅਤੇ ਸਾਊਂਡ ਸਿਸਟਮ ਵਾਲਿਆਂ ਦਾ ਧੰਨਵਾਦ ਕਰਨੇ ਆ। ਮਹਾਰਾਜ ਕਿਰਪਾ ਕਰਨ, ਮਹਾਂਪੁਰਸ਼ਾਂ ਦੇ ਸਿਰ ਤੇ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਦੇ ਮਹਾਨ ਉਪਰਾਲੇ ਕਰਦੇ ਰਹਿਣ।
ਧੰਨਵਾਦ ਕਰਨੇ ਆ ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਲੰਗਰ ਇੰਚਾਰਜ ਅਤੇ ਚੈਨਲ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ। ਦਸਾਂ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਕੀਰਤਨੀਏ ਪਰਮ ਸਤਿਕਾਰਯੋਗ ਭਾਈ ਹਰਨਾਮ ਸਿੰਘ ਜੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਪ ਸੰਗਤਾਂ ਨੂੰ ਗੁਰੂ ਕੇ ਕੀਰਤਨ ਦੁਆਰਾ ਨਿਹਾਲ ਕਰਨਗੇ। ਸਾਨੂੰ ਯਾਦ ਹੈ ਜਿਸ ਵੇਲੇ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਇਸ ਅਸਥਾਨ ਤੇ ਆਏ ਸਨ, ਹਰ ਸਾਲ ਹੀ ਹਾਜ਼ਰੀ ਭਰਿਆ ਕਰਦੇ ਸਨ। ਜਿੰਨਾ ਚਿਰ ਉਹ ਸਰੀਰਕ ਰੂਪ ਵਿੱਚ ਚੋਲੇ ਵਿੱਚ ਰਹੇ ਨੇ ਉਹਨਾਂ ਨੇ ਹਰ ਸਾਲ ਇੱਥੇ ਹਾਜ਼ਰੀ ਭਰੀ ਹੈ ਅਤੇ ਉਹਨਾਂ ਨੇ ਭਰੀ ਸੰਗਤ ਵਿੱਚ ਆਖਿਆ ਸੀ ਕਿ ਸੰਤ ਜਗਮੋਹਨ ਸਿੰਘ ਜੀ ਨਾਲ ਮੇਰਾ ਦਿਲੀ ਪਿਆਰ ਹੈ। ਜੋ ਗਿਆਨ ਪੰਡਿਤ ਨਿਚਲ ਸਿੰਘ ਜੀ ਨੂੰ ਸੀ ਉਹਨਾਂ ਨੇ ਆਖਿਆ ਸੀ, ਮੈਂ ਅਰਦਾਸ ਕਰਨਾ ਕਿ ਧੰਨ ਗੁਰੂ ਨਾਨਕ ਸਾਹਿਬ ਇਹਨਾਂ ਦੇ ਅੰਗ ਸੰਗ ਸਹਾਈ ਰਹਿਣ, ਇਹਨਾਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਇਤਨਾ ਪਿਆਰ ਉਹ ਮਹਾਂਪੁਰਸ਼ਾਂ ਨਾਲ ਕਰਿਆ ਕਰਦੇ ਸਨ, ਉਹ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਵੇ, ਆਪ ਸੰਗਤਾਂ ਦੀਆਂ ਅਸੀਸਾਂ ਮਹਾਂਪੁਰਸ਼ਾਂ ਨੂੰ ਮਿਲਦੀਆਂ ਰਹਿਣ। ਸਮੂਹ ਆਏ ਹੋਏ ਕੀਰਤਨੀਆਂ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।